ਮਸ਼ੀਨ ਦੇਖ ਰਹੇ ਹੋ ਇਹ ਆਪਣੀ 41 ਇੰਚੀ ਮਸ਼ੀਨ ਆ 6 ਨੰਬਰ ਇਹਦੋਂ ਪਹਿਲਾਂ ਜਿਹੜੀ ਆਪਣੇ ਮਸ਼ੀਨ ਧੋਤੀ ਆ ਉਹ ਆਪਣੀ 5 ਨੰਬਰ ਸੀ 52 ਇੰਚੀ ਅਤੇ ਉਹ ਮਸ਼ੀਨ ਆਪਣੇ ਖੇਤ 'ਚ ਝਾੜੀ ਸੀ ਉੱਥੇ ਉਹਦਾ ਸਮਾਨ ਖੁੱਲਿਆ ਸੀ ਅਤੇ ਉਹ ਤੋਂ ਬਾਅਦ ਉਰੇ ਲਿਆ ਕੇ ਸਿੱਧੀ ਧੋਣ ਲੱਗ ਗਈ ਸੀ ਮਸ਼ੀਨ ਆਪਾਂ ਪਰ ਜਿਹੜੀ ਇਹ ਮਸ਼ੀਨ ਆ ਆਪਾਂ ਖੇਤ 'ਚ ਤਾਂ ਨਹੀਂ ਲੱਗੇ ਕਿਉਂਕਿ ਕੱਲ੍ਹ ਇੱਥੇ ਖਾਸਾ ਮੀਂਹ ਪਿਆ ਜੇ ਆਪਾਂ ਖੇਤ 'ਚ ਮਸ਼ੀਨ ਵਾੜਦੇ ਤਾਂ ਹੋ ਸਕਦੀ ਆ ਮਸ਼ੀਨ ਕੱਟ ਜਾਂਦੀ ਜਿਹਦੇ ਕਰਕੇ ਆਪਣੇ ਮਸ਼ੀਨ ਇੱਥੇ ਧੋਣ ਵਾਲੀ ਜਗ੍ਹਾ 'ਤੇ ਲਿਆਂਦੀ ਇੱਥੇ ਇਹਦਾ ਸਮਾਨ ਖੁੱਲਦਾ ਸੀਫਾ ਸੁੱਫਾ ਕੱਢ ਦਿੰਦੇ ਆ ਸੀਫਾ ਕੱਢਣ ਤੋਂ ਬਾਅਦ ਹਵਾ ਮਾਰ ਕੇ ਮਸ਼ੀਨ 'ਤੇ ਫਿਰ ਇਹ ਮਸ਼ੀਨ ਨੂੰ ਧੋਣਾ ਸਟਾਰਟ ਕਰਦੇ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਤੁਹਾਡਾ ਫਿਰ ਤੋਂ ਨਵੀਂ ਵੀਡੀਓ 'ਚ ਸ਼ੁਰੂ ਕਰਦੇ ਹਾਂ ਅੱਜ ਦਾ ਆਪਣੇ ਇਹ ਤੋਂ ਪਹਿਲਾਂ ਆਪਣੀ 5 ਨੰਬਰ ਮਸ਼ੀਨ ਸਾਫ ਕੀਤੀ ਸੀ ਉਹਦੇ ਹਵਾ ਮਾਰ ਕੇ ਆਪਣੇ ਸਾਰਾ ਗਰਦਾ ਤਾਰਤਾ ਸੀ ਪਰ ਇਹਦਾ ਮੀਂਹ ਪੈਣ ਕਾਰਨ ਥੋੜ੍ਹਾ ਜਿਹਾ ਕੰਮ ਵੱਧ ਗਿਆ ਮਸ਼ੀਨ ਦਾ ਉਹ ਕਿਵੇਂ ਜਿਹੜਾ ਇਹਦੇ ਉੱਪਰ ਗਰਦਾ ਪਿਆ ਹੋਇਆ ਸੀ ਮੀਂਹ ਪੈਣ ਕਾਰਨ ਉਹ ਸਾਰਾ ਜੰਮ ਗਿਆ ਹੁਣ ਪਹਿਲਾਂ ਇਹ ਆਪਾਂ ਨੂੰ ਬੁਰਸਾਂ ਜਾਂ ਮਤਲਬ ਕੱਪੜੇ ਨਾਲ ਤਾਰਨਾ ਪਊਗਾ ਉਹ ਤੋਂ ਬਾਅਦ ਆਪਾਂ ਨੂੰ ਮਸ਼ੀਨ 'ਤੇ ਹਵਾ ਮਾਰਨੀ ਪਊ ਜਿਹੜਾ ਬਚੂ ਕਰਦਾ ਕਿਉਂਕਿ ਮੀਂਹ ਪੈਣ ਕਾਰਨ ਜਿੰਨਾ ਵੀ ਇਹਦੇ ਉੱਪਰ ਗਰਦਾ ਪਿਆ ਸੀ ਉਹ ਸਾਰਾ ਜੰਮ ਗਿਆ ਅਤੇ ਹੁਣ ਮੁੰਡੇ ਬੁਰਸਾਂ ਬਰਸਾਂ ਨਾਲ ਲੱਗੇ ਹੋਏ ਨੇ ਲਾਹੁਣ ਅਤੇ ਕੱਪੜੇ ਨਾਲ ਅਤੇ ਉਹ ਤੋਂ ਬਾਅਦ ਮੋਟਾ ਮੋਟਾ ਗਰਦਾ ਸਾਰਾ ਐਵੇਂ ਤਾਰ ਕੇ ਮਸ਼ੀਨ 'ਤੇ ਜਿਵੇਂ ਪੂਸ ਦੇ ਪੱਲੇ ਨੇ ਜਾਂ ਮਸ਼ੀਨ ਦੇ ਵਿੱਚ ਹਵਾ ਮਾਰਨੀ ਇੱਥੇ ਸੁੱਕਾ ਕਰਦਾ ਉੱਥੇ ਹਵਾ ਮਾਰਾਂਗੇ ਬਾਕੀ ਆਪਾਂ ਨੂੰ ਇਹ ਕੱਪੜੇ ਜਾਂ ਬੁਰਸਾਂ ਨਾਲ ਝਾੜਨੀ ਪਊ ਸਾਰੀ ਕਿਉਂ ਸੋਨੀ ਮੀਂਹ ਪੈਣ ਨਾਲ ਕੰਮ ਤਾਂ ਵਧਿਆ ਹਾਂ ਹੁਣ ਬੁਰਸਾਂ ਬਰਸਾਂ ਨਾਲੇ ਪੱਟਣਾ ਪਊ ਸਾਰਾ ਹਨਾ ਕਿਉਂਕਿ ਹਵਾ ਦਾ ਕੰਮ ਕਰਨੀ ਨਹੀਂ ਜਿਵੇਂ ਜਿਹੜੇ ਹਿਸਾਬ ਨਾਲ ਮੀਂਹ ਕੱਲ੍ਹ ਖਾਸਾ ਪਿਆ ਨਾ ਇਹ 'ਤੇ ਖਾਸਾ ਪੈਣ ਕਰਕੇ ਜਿੰਨਾ ਵੀ ਬਾਹਰਲੇ ਪਾਸੇ ਕਰਦਾ ਸੀ ਜਿਵੇਂ ਪੁਲੀਆਂ 'ਤੇ ਹੋ ਗਿਆ ਜਾਂ ਐਂਕਲਾਂ 'ਤੇ ਹੋ ਗਿਆ ਜਿੱਥੇ ਜਿੱਥੇ ਮੀਂਹ ਲੱਗਿਆ ਮਸ਼ੀਨ 'ਤੇ ਉਹ ਸਾਰਾ ਗਰਦਾ ਜੰਮ ਗਿਆ ਅਤੇ ਹੁਣ ਮੈਨੂੰ ਲੱਗੇ ਹੋਏ ਨੇ ਵਿਚਾਰੇ ਜਦੋਂ ਜਾਇਦ ਹੁਣ ਅਤੇ ਔਰ ਇਹ ਲਾਉਣਾ ਪਊਗਾ ਸਾਰਾ ਗਰਦਾ ਨਹੀਂ ਉੱਥੋਂ ਗਲਣ ਲੱਗ ਜਾਂਦੀ ਹਾਂ ਨਹੀਂ ਉੱਥੇ ਜਰ ਪੈ ਜਾਂਦੀ ਹੈ ਫਿਰ ਕਿਉਂਕਿ ਇੱਕ ਤਾਂ ਗਿੱਲਾ ਹੋ ਗਿਆ ਇਹ ਗਿੱਲਾ ਹੋਣ ਕਾਰਨ ਜੇ ਆਪਾਂ ਮਤਲਬ ਹਵਾ ਮਾਰਦੇ ਹਾਂ ਮਾੜਾ ਮੋਟਾ ਰਹਿ ਗਿਆ ਕਿਤੇ ਉੱਥੇ ਫਿਰ ਜਰ ਪੈਣੀ ਸਟਾਰਟ ਹੋ ਜੂਗੀ ਕਿਉਂ ਗਰੀਬੂ ਚੱਲ ਰਿਹਾ ਕੰਮ ਬਾਈ ਬਸ ਠੀਕ ਆ ਨਵੇੜ ਹੋ ਇਹਦਾ ਹੈ ਬਸ ਠੀਕ ਆ ਜਿਵੇਂ ਆਪਣੀ 5 ਨੰਬਰ ਮਸ਼ੀਨ ਸੀ ਜਿਹੜਾ ਵੀ ਤੁਸੀਂ ਆ ਕਰਦਾ ਹੇਠਾਂ ਪਿਆ ਦੇਖ ਰਹੇ ਹੋ ਇਹ ਸਾਰਾ ਹਵਾ ਨਾਲ ਝੜ ਗਿਆ ਸੀ ਪਰ ਮੀਂਹ ਪੈਣ ਨਾਲ ਇਹਦੇ ਜੇ ਆਪਾਂ ਗੱਲ ਕਰੀਏ ਤਾਂ ਐਂ ਚਾਰੇ ਪਾਸੇ ਜਿਹੜਾ ਕਰਦਾ ਉਹ ਜੰਮ ਗਿਆ ਜਿਹਦੇ ਕਰਕੇ ਖਾਸੀ ਦਿੱਕਤ ਆ ਰਹੀ ਹੈ ਕਰਦਾ ਸਾਫ਼ ਕਰਨ ਨੂੰ ਇਹ ਸਾਰਾ ਆਪਾਂ ਨੂੰ ਕੱਪੜਿਆਂ ਨਾਲੇ ਸਾਫ਼ ਕਰਨਾ ਪਊਗਾ ਅਤੇ ਕਿਉਂ ਸੋਨੇ ਵਧੀਆ ਰਹਿੰਦੇ ਪਹਿਲਾਂ ਹਵਾ ਮਾਰ ਲੈਂਦੇ ਹੋਰ ਬਾਈ ਉਦੋਂ ਮੀਂਹ ਪੈ ਗਿਆ ਆਪਾਂ ਨੇ ਇਹ ਚੀਜ਼ ਦੀ ਗੌਰ ਨਹੀਂ ਕੀਤੀ ਅਤੇ ਚੱਲ ਕੱਢ ਲੁੱਟ ਗਿਆ ਜੀ ਨਾਲ ਹੁਣ ਜ਼ਿਆਦਾ ਮੀਂਹ ਪੈ ਗਿਆ ਬਾਈ ਹਾਂ ਜਿਹਦੇ ਕਰਕੇ ਸਾਰੇ ਕਰਦਾ ਜੰਮਿਆ ਹੋਇਆ ਲੈ ਵੀ ਸੋਨੀ ਜਿਹੜਾ ਗਿੱਲਾ ਗਿੱਲਾ ਕਰਦਾ ਸੀ ਚਾਹ ਕੱਪੜੇ ਜਾਂ ਬੁਰਸਾਂ ਝਾੜਨ ਵਾਲਾ ਸੀ ਉਹ ਸੋਨੇ ਝਾੜਤਾ ਅਤੇ ਹੁਣ ਤੁਸੀਂ ਐਂ ਕਰੋ ਮਸ਼ੀਨ ਸਟਾਰਟ ਕਰਕੇ ਹਵਾ ਦੇ ਹਿਸਾਬ ਨਾਲ ਮਸ਼ੀਨ ਐਂ ਤੋਂ ਐਂ ਲਾ ਲਓ ਠੀਕ ਆ ਐਂ ਤੋਂ ਐਂ ਲਾਉਣ ਤੋਂ ਬਾਅਦ ਫਿਰ ਇਹਦੇ ਹਵਾ ਮਾਰੋ ਹਵਾ ਮਾਰਨ ਤੋਂ ਬਾਅਦ ਫਿਰ ਇਹਦੇ ਪਾਣੀ ਮਾਰੋ ਅਤੇ ਧੋਵੋ ਅਸੀਂ ਜਾਂਦੇ ਹਾਂ ਉੱਥੇ ਆਪਣੀ ਜਿਹੜੀ 5 ਨੰਬਰ ਮਸ਼ੀਨ ਤਰਪਾਲ ਆ
ਉਹਦੇ ਆਪਣੇ ਸਮਾਨ ਕੱਢ ਲਿਆਂਦਾ ਸੀ, ਪਰ ਕੱਲ੍ਹ ਮੀਂਹ ਪਈ ਗਿਆ ਖਾਸਾ, ਜਿਹਦੇ ਕਰਕੇ ਸਲੋ ਸੰਜਾ ਲੱਗ ਗਿਆ ਅਤੇ ਟਾਕੀਆਂ ਲਾਈਆਂ ਨਹੀਂ ਗੀਆਂ। ਅੱਜ ਧੁੱਪ ਨਿਕਲ ਹੋਈ ਆ ਵਧੀਆ, ਅਸੀਂ ਜਾ ਕੇ ਉਹਦੇ ਟਾਕੀਆਂ ਟੂਕੀਆਂ ਲਵਾਉਣਾ, ਇੱਕ ਅੱਧੀ ਜਗ੍ਹਾ ਹੀ ਆ, ਥੋੜ੍ਹੇ ਥੋੜ੍ਹੇ ਪੀਸ ਪਾਟੇ ਹੋਏ ਕਿੱਠ ਕਿੱਠ ਕੇ ਦੇ, ਅਤੇ ਉਹਨੂੰ ਕਰਦੇ ਹਾਂ ਤਿਆਰ। ਅਤੇ ਨਾਲੇ ਜਿਹੜੀ ਮਸ਼ੀਨ ਆ ਉਹਨੂੰ ਅੱਜ ਧੁੱਪ ਲੱਗ ਗਈ ਵਧੀਆ, ਹੁਣ ਤੱਕ ਉਹਨੂੰ ਜੈਕਾਂ ਚੁੱਕਾਂ 'ਤੇ ਲਾਉਣਾ, ਜੈਕਾਂ 'ਤੇ ਲੱਗ ਉੱਥੇ ਤਰਪਾਲ ਪਾਉਣਾ। ਤੁਸੀਂ ਦੋਵੇਂ ਜਾਣੇ ਉਹਦੇ ਇਲਾਕੇ ਨੂੰ ਸਾਫ਼ ਕਰੀ ਚੱਲੋ, ਠੀਕ ਆ? ਜਦੋਂ ਐਨ ਸਾਫ਼ ਹੋ ਗਈ, ਤੁਹਾਡੀ ਤਸੱਲੀ ਹੋ ਗਈ, ਉਹ ਤੋਂ ਬਾਅਦ ਮਸ਼ੀਨ ਉੱਥੇ ਲਿਆਇਓ। ਅਸੀਂ ਹੁਣ ਆਪਣਾ ਠਿਕਾਣੇ 'ਤੇ ਜਾਂਦੇ ਹਾਂ, ਉੱਥੇ ਉਹ ਤਰਪਾਲਾਂ ਦਾ ਕੰਮ ਦੇਖਦੇ ਹਾਂ। ਆਪਾਂ ਆਪਣੀ 41 ਇੰਚ ਮਸ਼ੀਨ ਕੋਲੋਂ ਆਪਣੇ ਠਿਕਾਣੇ 'ਤੇ ਆ ਗਏ, ਅਤੇ ਮੁੰਡਾ ਨੇ ਆਪਣੇ ਆਉਣ ਤੋਂ ਪਹਿਲਾਂ ਤਰਪਾਲ ਵਿਛਾ ਕੇ ਇਹ ਰਿਪੇਅਰ ਦਾ ਕੰਮ ਸ਼ੁਰੂ ਕਰ ਰੱਖਿਆ। ਰਿਪੇਅਰ ਦੇ ਕੰਮ ਤੋਂ ਮਤਲਬ ਵੀ ਜਿੱਥੋਂ ਮਾੜੀ ਮੋਟੀ ਤਰਪਾਲ ਫਟੀ ਹੁੰਦੀ ਆ ਉਹਨੂੰ ਟਾਕੀਆਂ ਲੱਗੇ ਹੋਏ ਨੇ ਲਾਉਣ, ਕਿਉਂਕਿ ਜਿੱਥੇ ਰੱਸੀ ਬੰਨੀ ਹੁੰਦੀ ਆ ਜਾਂ ਮਾੜੀ ਮੋਟੀ ਤਰਪਾਲ ਕਾਸੇ ਫਸ ਜਾਂਦੀ ਆ ਉੱਥੋਂ ਮਾੜੀ ਮੋਟੀ ਪਾਟ ਜਾਂਦੀ ਆ। ਜੇ ਹੁਣ ਆਪਾਂ ਤਰਪਾਲ ਨਵੀਂ ਲਿਆਉਣ ਦੀ ਗੱਲ ਕਰੀਏ ਤਾਂ ਤਰਪਾਲ ਦਾ ਜਿਹੜਾ ਰੇਟ ਆ 35x40 ਦੀ ਤਰਪਾਲ ਦਾ ਉਹ 4500 ਤੋਂ ਲੈ ਕੇ 5500 ਰੁਪਏ ਤੱਕ ਆ। ਜੇ ਮਾੜੀ ਮੋਟੀ ਤਰਪਾਲ ਫਟੀ ਤੋਂ ਤਰਪਾਲ ਲਿਆਉਣ ਦੀ ਜ਼ਰੂਰਤ ਨਹੀਂ, ਆਪਾਂ ਛੋਟਾ ਟੋਟਾ ਲੈ ਕੇ ਉਹਦੇ ਵਿੱਚੋਂ ਟਾਕੀਆਂ ਕੱਟ ਕੇ, ਜਿਹੜਾ ਤੁਸੀਂ ਹੱਥ 'ਚ ਮਟੀਰੀਅਲ ਦੇਖ ਰਹੇ ਹੋ ਇਹਨੂੰ SR ਕਹਿੰਦੇ ਨੇ ਇਹ, ਜਿਵੇਂ ਆਪਣੇ ਸਲੋਸ ਨੂੰ ਦੋ ਟਾਈਪ ਦੀ ਚੀਜ਼ ਆ ਇਹ, ਅਤੇ ਇਹ ਲਾ ਕੇ ਆਪਾਂ ਛੋਟੀਆਂ ਛੋਟੀਆਂ ਜਿੱਥੋਂ ਮਾੜੀ ਮੋਟੀ ਤਰਪਾਲ ਫਟੀ ਹੁੰਦੀ ਆ ਉੱਥੇ ਟਾਕੀਆਂ ਚੇਪ ਦਿੰਦੇ ਹਾਂ, ਅਤੇ ਵਧੀਆ 3-4 ਮਹੀਨੇ ਕੰਮ ਕਰਦਾ। ਕਿਉਂਕਿ ਆਪਾਂ ਪਿਛਲੀ ਵਾਰ ਇਹਨੂੰ ਵਰਤ ਕੇ ਦੇਖਿਆ ਸੀ, ਆਪਾਂ ਜਿਹੜੀ ਮਾੜੀ ਮੋਟੀ ਤਰਪਾਲ ਫਟੀ ਹੋਈ ਉਹ 'ਤੇ ਇਹਦੇ ਨਾਲ ਟਾਕੀਆਂ ਲਾ ਕੇ ਵੱਗ ਗਏ ਸੀ ਆਪਾਂ, ਅਤੇ ਵਧੀਆ ਉਹਨੇ 4 ਮਹੀਨੇ ਕੰਮ ਕੀਤਾ, ਅਤੇ ਹੁਣ ਤਰਪਾਲ ਮਾੜੀ ਮੋਟੀ ਸਾਈਡਾਂ ਤੋਂ ਫਟੀ ਹੋਈ ਆ ਅਤੇ ਉਹਦੇ ਟਾਕੀਆਂ ਲੱਗੇ ਹੋਏ ਆ ਲਾਉਣ। ਜਿਹੜਾ ਇਹ ਮਟੀਰੀਅਲ ਆ ਆਹ ਦੇਖ ਸਕਦੇ ਹੋ ਤੁਸੀਂ, ਇਹਨੂੰ ਵੈਸੇ ਉਰੇ SR ਕਹਿੰਦੇ ਨੇ। ਜਿਵੇਂ ਆਪਣਾ ਸਲੋਸ ਨੂੰ ਹੁੰਦਾ ਉਹ ਟਾਈਪ ਦੀ ਚੀਜ਼ ਆ ਇਹ। ਕਿਉਂ ਆ ਮੈਂ ਕੰਮ ਤਾਂ ਵਧੀਆ ਕਰਦਾ ਇਹ, ਪਿਛਲੀ ਵਾਰ ਲਾ ਕੇ ਗਏ ਸੀ ਆਪਾਂ ਕੋਈ ਉਹਨਾਂ 'ਚੋਂ ਉੱਖੜੀ ਤਾਂ ਨਹੀਂ ਟਾਕੀ? ਬਸ ਠੀਕ ਆ। ਆਪਣਾ ਜਿਹੜਾ ਤਰਪਾਲ ਨੂੰ ਸੈੱਟ ਕਰਨ ਵਾਲਾ ਕੰਮ ਸੀ ਉਹ ਨਿਬੜ ਗਿਆ। ਮਾਮਾ ਉਹ ਮਾਮਾ ਚਾਹ ਬਣਾਉਣਾ? ਚਾਹ ਬਣਾ, ਚੱਲ ਠੀਕ ਆ। ਤਰਪਾਲ ਵਾਲਾ ਕੰਮ ਤਾਂ ਉਹਨੇ ਨਿਬੜ ਗਿਆ, ਹੁਣ ਤਾਂ ਮਸ਼ੀਨ ਆਪਣੇ ਜੈਕਾਂ 'ਤੇ ਲਾਉਣੀ ਉਰੇ ਇਕੱਲੀ, ਅਤੇ ਉਹ ਮੁੰਡੇ ਉੱਧਰ ਝਾੜਨ ਲੱਗੇ ਹੋਏ ਨੇ ਮਸ਼ੀਨ ਨੂੰ ਧੋਣ ਲੱਗੇ ਹੋਏ ਨੇ, ਜਿਹੜੀ ਆਪਣੀ 6 ਨੰਬਰ ਮਸ਼ੀਨ ਆ ਉਹਨੇ ਚਾਹ ਬਣਾ ਲੈਣਾ, ਨਾਲੇ ਉਹਨੂੰ ਚਾਹ ਦੇਣਾ, ਨਾਲੇ ਉਹਨਾਂ ਕੋਲ ਗੇੜਾ ਮਾਰਿਆ ਹੋਣਾ। ਇੰਨੇ ਤੱਕ ਆਪਾਂ ਫਿਰ ਵਧੀਆ ਧੁੱਪ ਲੱਗ ਗਈ, ਹੁਣ ਦੁਪਹਿਰਾਂ ਮਸ਼ੀਨ ਦੇ ਉੱਪਰ ਦੀ ਲੱਗ ਗਿਆ ਸਾਰਾ, ਇਹਨੂੰ ਲਿਆ ਕੇ ਆਪਾਂ ਜੈਕਾਂ 'ਤੇ ਲਾ ਦਾਂਗੇ। ਜੇ ਤਾਂ ਤਰਪਾਲ ਅੱਜ ਪੈਂਦੀ ਹੋਈ ਤਾਂ ਪਾ ਦਾਂਗੇ, ਨਹੀਂ ਕੱਲ੍ਹ ਨੂੰ ਸਵੇਰੇ ਪਾ ਦਾਂਗੇ ਫਿਰ, ਠੀਕ ਆ? ਹਾਂ ਹੁਣ ਤਾਂ ਸਾਰਾ ਦੁਪਹਿਰ ਉੱਪਰ ਦੀ ਲੱਗ ਗਿਆ, ਹੁਣ ਤਾਂ ਸੁੱਕੇ ਗਈ। ਬਣਾ ਚਾ ਫਿਰ ਲੈ ਕੇ ਜਾਈ ਉਹਨਾਂ ਮੁੰਡਿਆਂ ਦੀ। ਲਿਆ ਵੀ ਗੁਰੀ ਅੱਗੇ ਨਹੀਂ ਲਿਆ, ਅਤੇ ਚੱਲੀਆਂ ਮੁੰਡਿਆਂ ਕੋਲ। ਕਿਵੇਂ ਸੋਨੀ ਲੱਗੇ ਹੋਏ ਧੋਣ? ਮਸ਼ੀਨ ਜਿੱਥੇ ਤੁਹਾਨੇ ਤਾਰ ਲਈ ਚੜ੍ਹ ਜੂ ਉੱਪਰ, ਹੈਂ
ਹਾਂ ਮੂਰਲੇ ਆਏ ਆ ਨਾ ਵੱਡੇ ਟਾਇਰ ਨੇ ਜਿਹੜੇ ਗੁਰੀ ਉਹ ਬਾਹਰ ਨੇ ਅਤੇ ਨਿਕਲ ਜੂ ਮਸ਼ੀਨ ਜੇ ਵੱਡੇ ਟਾਇਰ ਹੇਠਾਂ ਉਤਾਰ ਲੈਂਦੇ ਫਿਰ ਔਖਾ ਸੀ ਫਿਰ ਜਿਹੜੀ ਆ ਬਿੰਡਲਾ ਇੱਥੋਂ ਮਿੱਟੀ ਕੱਢ ਲੈਂਦੀ ਆ ਮਸ਼ੀਨ ਫਿਰ ਨਹੀਂ ਚੜ੍ਹਦੀ ਐਂ ਕਰੋ ਵੀਰੇ ਚਾਹ ਆ ਗਈ ਤੁਹਾਡੀ ਚਾਹ ਪੀ ਲਓ ਪਹਿਲਾਂ ਡੀਲ ਕੱਢਣਾ ਠੀਕ ਆ ਅਤੇ ਉਨੀ ਤਾਂ ਚਾਬੀ ਪਾਉਣਾ ਤੁਹਾਨੂੰ ਲਿਆ ਦਿੰਦੇ ਹਾਂ ਅਤੇ ਤੁਸੀਂ ਐਂ ਕਰੋ ਪਹਿਲਾਂ ਚਾਹ ਪੀ ਲਓ ਫਿਰ ਠੰਡੀ ਹੋ ਜੂ ਇਹ ਠੀਕ ਆ ਆ ਗਰੀਬੂ ਕਿੱਥੇ ਆ ਤੂੰ ਸਾਹਮਣੇ ਤਾਂ ਹੋ ਮਾੜਾ ਜਿਹਾ ਪਤਾ ਲੱਗੇ ਵੀ ਹਾਂ ਅੱਛਾ ਆ ਜਾ ਚਾਹ ਪੀ ਲਾ ਸੋਨੇ ਚਾਹ ਪੀ ਲਓ ਉਹ ਤੋਂ ਬਾਅਦ ਲੱਗੇ ਰਹੋ ਅਤੇ ਹੋ ਜੂ ਹੱਥ ਤੱਕ ਕੰਪਲੀਟ ਇਹ ਹੈ ਹੋ ਜੂ ਹੱਥਾਂ ਤੱਕ ਬਹੁਤ ਠੀਕ ਆ ਹਵਾ ਮਾਰ ਲਈ ਸੀ ਆਪਾਂ ਮੁੰਡਿਆਂ ਦੀ ਚਾਹ ਲੈ ਕੇ ਆ ਗਏ ਆਪਣੇ ਆਉਣ ਤੋਂ ਪਹਿਲਾਂ ਮੁੰਡਿਆਂ ਨੇ ਉੱਥੇ ਮਸ਼ੀਨ ਖੜਾ ਕੇ ਅਤੇ ਇਹਦੇ ਹਵਾ ਮਾਰ ਲਈ ਹਵਾ ਮਾਰ ਕੇ ਹੁਣ ਧੋਣ ਲੱਗੇ ਹੋਏ ਨੇ ਇਹਨਾਂ ਨੇ ਲਾ ਲਓ ਵੀ 60% ਮਸ਼ੀਨ ਆ ਜੀ ਉਹ ਕੰਪਲੀਟ ਕਰ ਲਈ ਬਾਕੀ ਲੱਗੇ ਹੋਏ ਨੇ ਅਤੇ ਜਿਹੜੀ 51 ਇੰਚ ਮਸ਼ੀਨ ਆਪਾਂ ਧੋ ਕੇ ਗਿਆ ਉਹ ਮੁੰਡਿਆਂ ਨੂੰ ਰਹਿ ਸਿੱਧੀ ਲਾਈ ਸੀ ਉਹਨਾਂ ਨੇ ਹੇਠਾਂ ਨਹੀਂ ਉਤਾਰੀ ਸੀ ਇਹ ਮੁੰਡਿਆਂ ਨੇ ਬੈਕ ਕਰਕੇ ਛੋਟੇ ਟਾਇਰ ਨੇ ਜਿਹੜੇ ਉਹ ਵਿੱਚ ਉਤਾਰ ਲਏ ਅਤੇ ਬਾਕੀ ਹੁਣ ਇਹਨੂੰ ਪਾਣੀ ਪੂਣੀ ਭਰਨਾ ਇੱਥੋਂ ਸੌਖਾ ਨਹੀਂ ਵੱਡੀ ਮਸ਼ੀਨ ਉੱਥੋਂ ਭਰ ਕੇ ਉਰੇ ਲੈ ਕੇ ਆਉਂਦੇ ਸੀ ਉਰੇ ਧੋਂਦੇ ਸੀ ਆਹ ਮੁੰਡੇ ਨੇ ਜਿਹੜੇ 51 ਇੰਚ ਮਸ਼ੀਨ ਨਾਲ ਧਪਾਈ ਸੀ ਹੁਣ ਸੌਖੇ ਹੋ ਕੇ ਜਦੋਂ 51 ਇੰਚ ਮਸ਼ੀਨ ਧੋਤੀ ਸੀ ਉਦੋਂ ਸੌਖੇ ਸੀ ਬਸ ਠੀਕ ਆ ਐਂ ਕਰੋ ਆ ਜਾਓ ਚਾਹ ਪੀ ਲਓ ਪਹਿਲਾਂ ਹੁਣ ਅਤੇ ਉਹ ਤੋਂ ਬਾਅਦ ਤੁਸੀਂ ਲੱਗੇ ਰਹੇ ਆਪਦਾ ਕੰਮ 'ਤੇ ਆ ਜਾਓ ਮੁੰਡਿਆਂ ਨੇ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀਣ ਤੋਂ ਬਾਅਦ ਦੁਬਾਰਾ ਮਸ਼ੀਨ ਧੋਣ ਲੱਗ ਗਏ ਅਤੇ ਇਹਨਾਂ ਦਾ ਜਿਹੜਾ ਮਸ਼ੀਨ ਧੋਣ ਵਾਲਾ ਕੰਮ ਆ ਉਹ ਥੋੜ੍ਹਾ ਜਿਹਾ ਬਾਕੀ ਆ ਮੈਨੂੰ ਲੱਗਦਾ ਵੀ ਜਿਵੇਂ ਆਪਣੀ ਉਹ ਮਸ਼ੀਨ ਨੂੰ ਸ਼ਾਮ ਹੋ ਗਈ ਸੀ ਰਾਤ 'ਤੇ ਹੋ ਗਈ ਸੀ ਇਹਨੂੰ ਵੀ ਰਾਤ 'ਤੇ ਹੋ ਜੂ ਕਿਉਂਕਿ ਇੱਥੇ ਮਸ਼ੀਨਾਂ ਗਾਰੇ 'ਚ ਖਾਸੀਆਂ ਲਿਬੜੀਆਂ ਹੁੰਦੀਆਂ ਨੇ ਜਿਹਦੇ ਕਰਕੇ ਮਸ਼ੀਨਾਂ ਧੋਣ ਨੂੰ ਖਾਸਾ ਟਾਈਮ ਲੱਗ ਜਾਂਦਾ ਕਿਉਂ ਬਾਈ ਕੀ ਕੀ ਕਰਨ ਲੱਗੇ ਹੋਏ ਹੁਣ ਕਾਹਦੇ ਲਈ ਠੀਕ ਆਹੋ ਅਤੇ ਡੀਜ਼ਲ ਲੱਗਿਆ ਹੋਇਆ ਕੱਢਣਾ ਠੀਕ ਆ ਮੈਂ ਜਾਂਦਾ ਆਪਣੇ ਠਿਕਾਣੇ 'ਤੇ ਅਤੇ ਉੱਥੇ ਦੇਖਦੇ ਜਾ ਕੇ ਉੱਪਰੋਂ ਮੌਸਮ ਜਿਹਾ ਮੈਨੂੰ ਐਂ ਲੱਗਦਾ ਵੀ ਹੋਏ ਹਿਸਾਬ ਜਿਹਦਾ ਹੋਈ ਜਾਂਦਾ ਉਹ ਮਸ਼ੀਨ ਸੁੱਕੀ ਖੜੀ ਆ ਵਧੀਆ ਜਿਹੜੀ ਆਪਣੀ 5 ਨੰਬਰ ਆ ਉਹ ਦੇਖਾਂ ਲੋਕਾਂ 'ਤੇ ਲਾਉਣਾ ਅਤੇ ਉਹਦੇ ਤਰਪਾਲ ਪਾਉਣਾ ਠੀਕ ਆ ਲੈ ਵੀ ਸੋਨੀ ਗੌਰ ਨਾਲ ਧੋ ਲਿਆ ਬਾਈ ਠੀਕ ਆ ਆਪਾਂ ਜਿਹੜੇ ਮੁੰਡੇ ਮਸ਼ੀਨ ਧੋਂਦੇ ਨੇ ਉਹਨਾਂ ਨੂੰ ਚਾਹ ਦੇ ਕੇ ਆਉਣ ਤੋਂ ਬਾਅਦ ਆਪਣੇ ਠਿਕਾਣੇ 'ਤੇ ਆ ਗਏ ਕਿਉਂ ਸੱਤੂ ਤੂੰ ਕਿਵੇਂ ਤਿਆਰ ਹੋਇਆ ਖੜਾ ਬਾਈ ਲੈ ਸਾਨੂੰ ਛੱਡ ਕੇ ਹੁਣ ਸਾਨੂੰ ਵੀ ਯਾਰ ਨਾਲੇ ਲੈ ਜਾਂਦਾ ਅਸੀਂ 2-4 ਦਿਨ ਬਾਅਦ 'ਚ ਆ ਜਾਂਦੇ ਹਾਂ ਇਹ ਜਿਹੜੀ ਮਸ਼ੀਨ ਇਹਦੇ ਤਰਪਾਲ ਪਾ ਆਵਾਂਗੇ ਜੈਕਾਂ ਚੁੱਕਣ 'ਤੇ ਖੜਾ ਆਵਾਂਗੇ ਬਾਕੀ ਜਿਹੜੀਆਂ 2 ਮਸ਼ੀਨਾਂ ਰਹੀਆਂ ਉਹਨਾਂ ਨੂੰ ਧੋ ਕੇ ਸਾਫ਼ ਕਰਾ ਕੇ ਉਹਨਾਂ 'ਤੇ ਤਰਪਾਲ ਤਰਪੂਲ ਪਾ ਕੇ ਜੈਕ ਚੁੱਕ ਕਰਾ ਕੇ ਉਹਨਾਂ 'ਤੇ ਅਸੀਂ ਆ ਜਾਵਾਂਗੇ ਬਾਕੀ ਤੇਰੇ ਮਾਮੇ ਤੋਂ ਲੈ ਲਈ ਪਰਮਿਸ਼ਨ ਇੱਧਰ ਕਿਉਂ ਮਾਮਾ ਹਾਂ ਠੀਕ ਆ ਬਾਈ ਇਹ ਤੋਂ ਪੁੱਛਣਾ ਜ਼ਰੂਰੀ ਆ ਨਾ ਸਿਆਣਾ ਬੰਦਾ ਸਿਆਣੇ ਬੰਦੇ ਤੋਂ ਜ਼ਰੂਰੀ ਹੁੰਦਾ ਪੁੱਛਣਾ ਠੀਕ ਆ ਮਾਮਾ ਠੀਕ ਆ ਚਾਹ ਚੂਹ ਪਿਲਾ ਦੇ ਮੁੰਡੇ ਨੂੰ ਅਤੇ ਫਿਰ ਮੈਂ ਛੱਡੇ ਆਉਣਾ ਜਾ ਕੇ ਫਿਰ ਮੈਂ ਛੱਡੇ ਆਊਂਗਾ ਜਾ ਕੇ
ਲੈ ਵੀ ਮਾਮਾ ਬੰਦਾ ਆਪਾਂ ਨੇ ਬਿਠਾਇਆ ਜਾਂਦਾ ਬੱਸ 'ਚ ਅਤੇ ਸੀਟ ਮਿਲ ਗਈ ਸੀ, ਆਹ ਲੈ ਫੜ ਸਮਾਨ ਤੂੰ, ਆਹ ਘੱਟ ਗਿਆ ਸੀ ਆਪਣੇ ਕੋਲ ਸਲੂਸ਼ਨ, ਅਤੇ ਆਹ ਫੜ ਤਰਪਾਲ ਪਾਉਣ ਵਾਸਤੇ ਰੱਸੀਆਂ, ਚੱਕ ਠੀਕ ਆ। ਅਤੇ ਜਿਹੜੇ ਉੱਧਰ ਆਪਣੀ ਛੋਟੀ ਮਸ਼ੀਨ ਧੋਣ ਲੱਗੇ ਹੋਏ ਸੀ ਮੁੰਡੇ ਆਏ ਨੇ ਕਿ ਨਾ, ਹਾਲੇ ਕਿੰਨਾ ਕੁ ਟਾਈਮ ਲੱਗੂ ਪਤਾ ਕੀਤਾ ਕੁਛ? ਉਹਨਾਂ ਕੋਲੇ ਗਿਆ, ਠੀਕ ਆ ਠੀਕ ਆ। ਬਹੁਤਾ ਰੱਸੀ ਕੇ ਇਹ 5 ਕਿਲੋ ਰੱਸੀ ਆ, ਹਾਂ ਇੱਕ ਮਸ਼ੀਨ ਦਾ ਸਰਜੂ ਆਪਣੇ ਇਹਦੇ ਨਾਲ, ਅਤੇ ਕਿਉਂਕਿ ਜਿਹੜੀ ਆਪਾਂ ਪਹਿਲਾਂ ਪੁਰਾਣੀ ਰੱਸੀ ਖੋਲੀ ਆ ਉਹ ਕੋਈ ਕੰਮ ਨਹੀਂ ਆਉਂਦੀ, ਬਾਕੀ ਉਹ ਬੰਦੇ ਨੂੰ ਜਾਂਦੇ ਨੂੰ ਬੱਸ ਮਿਲ ਗਈ ਤੀ, ਬੱਸ 'ਚ ਬਿਠਾ ਤਾ ਅਤੇ ਕੰਮ ਮੁੱਕ ਗਿਆ। ਕਿਉਂ ਮਾਮਾ ਲੱਗ ਗਿਆ ਰੋਟੀ ਦੀ ਤਿਆਰੀ ਹੁਣ? ਮੈਨੂੰ ਲੱਗਦਾ ਇੱਧਰ ਵੀ ਆਪਣਾ ਸੁਖਵਿੰਦਰ ਵੀ ਆ ਗਿਆ। ਕਿਉਂ ਸੁਖਵਿੰਦਰ, ਕਿਵੇਂ ਮਸ਼ੀਨ ਦਾ ਕੀ ਬਣਿਆ? ਆ ਰਹੇ ਨੇ ਖਾਸਾ ਲੇਟ ਹੋ ਗਿਆ ਨਾ? ਅੱਛਾ ਅੱਛਾ, ਚੱਲ ਰੋਟੀ ਲੱਗ ਗਈ ਬੰਨ, ਰੋਟੀ ਖਾ ਲਾ ਪਹਿਲਾਂ ਹੁਣ, ਅਤੇ ਜਦ ਤੱਕ ਮਸ਼ੀਨ ਉਹ ਚੈਂਬਰ ਚੁੰਬਰ ਪਾ ਕੇ ਉਰੇ ਲਿਆਉਣਗੇ ਅਤੇ ਜਦ ਤੱਕ ਰੋਟੀ ਪਾਣੀ ਛੱਕ ਲੈਂਦੇ ਹਾਂ, ਅਤੇ ਉਹ ਤੋਂ ਬਾਅਦ ਜਿਹਾ ਸਮਾਨ ਰੱਖਣਾ ਹੋਇਆ ਸਾਫ਼ ਕਰ ਕਰ ਰਾਤ ਨੂੰ ਟੂਲਾਂ 'ਚ ਰੱਖ ਲਾਂਗੇ, ਅਤੇ ਬਾਕੀ ਮੁੰਡਿਆਂ ਨੂੰ ਪੁੱਛਣਾ ਕੀ ਕਹਿੰਦੇ ਨੇ ਵੀ ਜੇ ਥੱਕੇ ਥੁੱਕੇ ਹੋਏ ਤਾਂ ਸਵੇਰੇ ਪਾਲਾਂਗੇ। ਅਤੇ ਰੱਸੀ ਆਪਣੇ ਆਪਣੀ ਜਿਹੜੀ 5 ਨੰਬਰ ਮਸ਼ੀਨ 'ਤੇ ਤਰਪਾਲ ਪਾਉਣੀ ਆ ਉਹਦੇ ਵਾਸਤੇ ਲੈ ਕੇ ਆਉਣਾ, ਦੇਖ ਰੱਸੀ ਠੀਕ ਆ? ਬਸ ਠੀਕ ਆ ਫਿਰ, ਖਾ ਲਈ ਮਾਮਾ ਰੋਟੀ? ਠੀਕ ਲੈ ਵੀ ਆਪਣੇ ਜਿਹੜੇ ਮੁੰਡੇ 6 ਨੰਬਰ ਮਸ਼ੀਨ ਨੂੰ ਧੋਣ ਗਏ ਸੀ, ਧੋਣ ਤੋਂ ਬਾਅਦ ਉਹ ਵੀ ਆ ਗਏ। ਕਿਵੇਂ ਮੁੰਡੇ ਹੋ? ਧੋ ਜਾਂਦੀ? ਕਿੱਥੇ ਕਢਾਤੀ ਮਸ਼ੀਨ? ਜਿੱਥੇ ਚੈਂਬਰ ਕੱਢ ਕੇ ਗਏ ਸੀ? ਚਲੋ ਬਸ ਠੀਕ, ਓਕੇ ਹੁਣ ਤਾਂ ਮਸ਼ੀਨ ਕਿਉਂ ਸੋਨੇ? ਬਸ ਠੀਕ ਆ, ਸਵੇਰੇ ਉਹ ਮਸ਼ੀਨ ਨੂੰ ਆਪਾਂ ਚੈਂਬਰ ਪਾ ਕੇ ਉਰੇ ਲਿਆਵਾਂਗੇ, ਅਤੇ ਉਹ ਮਸ਼ੀਨ ਤੋਂ ਆਉਣ ਤੋਂ ਪਹਿਲਾਂ ਜਿਹੜੀ ਆਪਣੀ ਆਹ ਮਸ਼ੀਨ ਖੜੀ ਆ 5 ਨੰਬਰ ਇਹਦੇ ਨੂੰ ਚੱਕਾਂ 'ਤੇ ਖੜਾ ਕਰ ਦਾਂਗੇ। ਇਹਨੂੰ ਅੱਜ ਖੜਾਉਣਾ ਸੀ ਆਪਾਂ ਚੱਕਾਂ 'ਤੇ, ਪਰ ਜਿਹੜੀ ਜਗ੍ਹਾ 'ਤੇ ਆਪਾਂ ਖੜਾਉਣੀ ਸੀ ਉੱਥੇ ਉਹਨਾਂ ਨੇ ਮੱਕੀ ਦਾ ਢੇਰ ਲਾ ਰੱਖਿਆ, ਤਾਂ ਕਰਕੇ ਜਿਹੜੀ ਇਹ ਮਸ਼ੀਨ ਆ ਅੱਜ ਉੱਥੇ ਖੜਾ ਨਹੀਂ ਸਕੇ। ਬਸ ਸਵੇਰੇ ਇਹਨੂੰ ਚੱਕਾਂ 'ਤੇ ਲਾ ਦਾਂਗੇ, ਅਤੇ ਤੁਹਾਡੇ ਵਾਲੀ ਮਸ਼ੀਨ ਨੂੰ ਲਿਆ ਕੇ ਲਿਖ ਕੇ ਸਮਾਨ ਜਿਹੜਾ ਪਿਆ ਤੁਹਾਡੇ ਵਾਲੀ ਮਸ਼ੀਨ ਦੇ ਟੂਲਾਂ 'ਚ ਪਾ ਦਾਂਗੇ, ਅਤੇ ਉਹਦੇ ਬਾਅਦ ਉਹਨੂੰ ਚੱਕਾਂ 'ਤੇ ਲਾ ਕੇ ਪਾ ਕੇ ਤਰਪਾਲ, ਤੁਸੀਂ ਵੀ ਫ੍ਰੀ ਹੋ। ਹਾਂ ਮਤਲਬ ਵੀ ਕੱਲ੍ਹ ਨੂੰ ਦੋਹਾਂ 'ਤੇ ਤਰਪਾਲ ਪੈ ਜੂਗੀ ਜੇ ਹਿੰਮਤ ਰੱਖਾਂਗੇ ਤਾਂ।